ਸਦੀਆਂ ਕੋਲੋਂ ਬਾਸ ਤੁੜਵਾਉਣ ਵਾਲੇ 125,000 ਨਾਲ ਇੱਕ ਲੜਾਉਣ ਵਾਲੇ ਧਰਮ ਖਾਤਰ ਪਰਿਵਾਰ ਵਾਰਨ ਵਾਲੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ। ਦਸਮੇਸ਼ ਪਿਤਾ ਨੇ ਸਿਰਫ 9 ਸਾਲ ਦੀ ਉਮਰ ਚ ਹੀ ਸਿੱਖ ਪੰਥ ਦੀ ਬਾਗਡੋਰ ਸੰਭਾਲ ਲਈ ਸੀ, ਜਿਸ ਤੋਂ ਬਾਅਦ ਆਪ ਜੀ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਭਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਪੇਸ਼ ਹੈ ਦੈਨਿਕ ਸਵੇਰਾ ਦੀ ਇੱਕ ਖਾਸ ਰਿਪੋਰਟ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 9ਵੇਂ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਪਟਨਾ ਵਿਖੇ ਹੋਇਆ। ਕੁਝ ਸਾਲਾਂ ਬਾਅਦ ਆਪ ਜੀ ਪਰਿਵਾਰ ਸਮੇਤ ਪੰਜਾਬ ਵਿੱਚ ਚੱਕ ਨਾਨਕਿਆ ਵਸੇ, ਜਿਸ ਨੂੰ ਅੱਜ ਕੱਲ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ 3 ਪਤਨੀਆਂ ਮਾਤਾ ਜੀਤੋ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਨ ਅਤੇ 4 ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਅਜੀਤ ਸਿੰਘ ਹੋਏ। ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾਫੀ ਸਮਾਂ ਯਮੁਨਾ ਨਦੀ ਦੇ ਕੰਢੇ ਪੌਂਟਾ ਵਿਖੇ ਰਹੇ ਤੇ ਚੰਡੀ ਦੀ ਵਾਰ ਦੇ ਨਾਲ ਨਾਲ ਹੋਰ ਕਈ ਰਚਨਾਵਾਂ ਵੀ ਕੀਤੀਆਂ। ਸਰਬੰਸ ਦਾਨੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿੱਖ ਪੰਥ ਦੀ ਬਾਗਡੋਰ ਸੰਭਾਲੀ ਤਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਬਣ ਗਈਆਂ। ਜਦੋਂ ਮੁਗਲ ਫੌਜ ਨੇ ਅਨੰਦਪੁਰ ਸਾਹਿਬ ਵਿਖੇ ਹਮਲਾ ਕਰ ਦਿੱਤਾ ਤਾਂ ਸਿੱਖ ਫੌਜ ਨਾਲ ਲੜਦੇ ਹੋਏ ਮੁਗਲ ਫੌਜ ਹਾਰ ਗਈ। ਇਸ ਤੋਂ ਬਾਅਦ ਸਨ 1699 'ਚ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਦਿੱਤੀ ਅਤੇ 5 ਪਿਆਰੇ ਸਜਾਏ, ਜਿਨ੍ਹਾਂ ਨੂੰ ਪਹਿਲੇ ਖਾਲਸਾ ਦਾ ਨਾਮ ਦਿੱਤਾ ਗਿਆ ਅਤੇ ਗੁਰੂ ਜੀ ਨੇ ਖਾਲਸੇ ਲਈ 5 ਕਕਾਰਾਂ ਦਾ ਮਹੱਤਵ ਵੀ ਸਮਝਾਇਆ। ਇਸੇ ਦੌਰਾਨ ਦੂਜੇ ਪਾਸੇ ਫਤਿਹਗੜ੍ਹ ਸਾਹਿਬ 'ਚ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਵਾ ਦਿੱਤੇ ਗਏ, ਜਦਕਿ ਵੱਡੇ ਸਾਹਿਬਜ਼ਾਦੇ ਪਹਿਲਾਂ ਹੀ ਜੰਗ ਦੌਰਾਨ ਸ਼ਹੀਦ ਹੋ ਚੁੱਕੇ ਸਨ। ਜਦੋਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਾ ਤਾਂ ਆਪ ਜੀ ਨੇ ਔਰੰਗਜ਼ੇਬ ਨੂੰ ਇੱਕ ਜ਼ਫਰਨਾਮਾ ਲਿਖਿਆ ਅਤੇ ਔਰੰਗਜ਼ੇਬ ਨੂੰ ਚੇਤਾਵਨੀ ਦਿੱਤੀ ਕਿ ਤੇਰਾ ਰਾਜ ਖਤਮ ਕਰਨ ਦੇ ਲਈ ਖਾਲਸਾ ਪੰਥ ਤਿਆਰ ਹੋ ਚੁੱਕਾ ਹੈ। ਇਸ ਮਗਰੋਂ ਮੁਕਤਸਰ ਦੀ ਧਰਤੀ ਤੇ ਭਿਆਨਕ ਯੁੱਧ ਹੋਇਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਮੁਗਲਾਂ ਦੀ ਇੱਟ ਨਾਲ ਇੱਟ ਵਜਾ ਦਿੱਤੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਉਣ ਵਿੱਚ ਮਦਦ ਕੀਤੀ। ਗੁਰੂ ਅਤੇ ਬਹਾਦਰ ਸ਼ਾਹ ਦੇ ਸੰਬੰਧ ਵੇਖ ਕੇ ਨਵਾਬ ਵਜ਼ੀਦ ਖਾਂ ਘਬਰਾ ਗਿਆ ਤੇ ਉਸਨੇ 2 ਪਠਾਨ ਗੁਰੂ ਜੀ ਦੇ ਪਿੱਛੇ ਲਗਾ ਦਿੱਤੇ, ਜਿਨ੍ਹਾਂ ਨੇ ਧੋਖੇ ਨਾਲ ਗੁਰੂ ਜੀ ਤੇ ਘਾਤਕ ਵਾਰ ਕਰ ਦਿੱਤੇ, ਜਿਸ ਕਾਰਨ ਸਨ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ 'ਚ ਜੋਤੀ ਜੋਤ ਸਮਾ ਗਏ। ਅੰਤ ਸਮੇਂ ਗੁਰੂ ਜੀ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲਈ ਆਖਿਆ ਤੇ ਖੁਦ ਵੀ ਸੀਸ ਝੁਕਾ ਕੇ ਮੱਥਾ ਟੇਕਿਆ। 10ਵੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਦੀ ਕੁਰਬਾਨੀ ਦੀ ਮਿਸਾਲ ਇਤਿਹਾਸ ਵਿੱਚੋਂ ਹੋਰ ਕਿਤੋਂ ਵੀ ਨਹੀਂ ਮਿਲਦੀ। ਗੁਰੂ ਜੀ ਆਪ ਦੇ ਪਰਿਵਾਰ ਤੇ ਸਾਥੀ ਸਿੰਘਾਂ ਨੂੰ ਦੈਨਿਕ ਸਵੇਰਾ ਦੀ ਟੀਮ ਵੱਲੋਂ ਕੋਟ ਅਨ ਕੋਟ ਪ੍ਰਣਾਮ। ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।